ਪੈਸੇ ਨਹੀਂ ਦੇਣੇ ਅਸੀਂ ਜੇ ਸਹੀ ਨਾ ਰੰਗ ਨਿਕਲਿਆ ਵਿੱਚੋਂ। ਵਾਈਟ ਲੱਗ ਰਿਹਾ ਇਹ ਸਾਨੂੰ, ਨੀਚੇ ਤਾਂ ਉਹ ਆ ਜੋ ਕਿ ਬੈਗ ਆਖਣਾ ਵੀ ਬੈਗ ਦੇ ਦੇ ਭਾਈ ਗੁੱਡੀ ਮੈਂ ਫੜ ਲੈਣਾ, ਤੇ ਖੜੀ ਆ ਤੈਨੂੰ ਸੀਟ ਨਹੀਂ ਮਿਲਦੀ। ਹਾਂ ਕੱਲ ਪੱਲੇ ਬੰਨ ਲਾ ਠੀਕ ਆ। ਹਾਂਜੀ ਹੁਣ ਆਪਾਂ ਰੈਡੀ ਹੋਏ ਸੀ ਬਾਹਰ ਘੁੰਮਣ ਜਾਣ ਲਈ, ਤੇ ਪਰ ਅਸੀਂ ਤੁਰ ਨਹੀਂ ਲੱਗੇ ਗੇਟ ਖੋਲ ਕੇ, ਤੇ ਪਤਾ ਕੀ ਹੋਇਆ ਵੀ ਕਬਾੜ ਵਾਲਾ ਭਾਈ ਆ ਗਿਆ। ਅਸੀਂ ਬਹੁਤ ਦਿਨ ਹੋ ਗਏ ਸੀਗੇ ਉਹਨੂੰ ਕਹੇ ਹੋਏ ਨੂੰ ਵੀ ਭਾਈ ਕਬਾੜ ਚੱਕ ਲਿਆ ਜਾ ਸਾਡੇ ਘਰੋਂ, 10 ਦਿਨ ਹੋ ਗਏ ਕਹਿੰਦੇ ਨੂੰ, ਤੇ ਹੁਣ ਅਸੀਂ ਗੇਟ ਖੋਲ ਕੇ ਬਾਹਰ ਨਿਕਲਣ ਲੱਗੇ ਤਾਂ ਕਬਾੜ ਹੀ ਆ ਗਿਆ। ਜ਼ਿਆਦਾਤਰ ਸਾਡੇ ਨਾਲ ਇੱਦਾਂ ਹੁੰਦਾ ਹੀ ਹੈ, ਜਦੋਂ ਅਸੀਂ ਕਿਤੇ ਜਾਣ ਲੱਗੇ ਜੇ ਘਰ ਆ ਜਾਂਦਾ ਹੈਪੀ ਨਹੀਂ, ਮਤਲਬ ਇਹ ਤਾਂ ਪਹਿਲਾਂ ਵੀ ਆਈ ਹੈ ਸਵੇਰ ਦੀ, ਤੇ ਉਹ ਆ ਗਿਆ ਬੰਦਾ, ਤੇ ਹੁਣ ਅਸੀਂ ਥੋੜ੍ਹਾ ਜਿਹਾ ਲੇਟ ਜਾਵਾਂਗੇ, ਵੇਟ ਕਰ ਰਹੇ ਹਾਂ ਰੈਡੀ ਹੋ ਕੇ ਪੂਰਾ। ਅਜੇ ਵੀ ਵੇਟ ਕਰ ਰਹੇ ਹਾਂ ਅਜੇ ਵੀ, ਹੈ ਬੋਰ ਤਾਂ ਨਹੀਂ ਹੋਇਆ? ਬੋਰ ਹੋ ਗਿਆ ਚਾਚਾ ਜੀ। ਵੀ ਸਕੂਲ ਚ ਕੀ ਪ੍ਰੋਗਰਾਮ ਸੀਗਾ? ਮੈਂ ਦੱਸ ਰਿਹਾ ਸੀ ਕੀ ਕੀਤਾ ਸੀ ਉੱਥੇ। ਪਾਪਾ ਨੇ ਦੱਸਿਆ ਸੀ। ਕੀ ਦੱਸਿਆ ਸੀ? ਮੈਂ ਦੱਸ ਦਿਆ ਵੀਡੀਓ ਚ ਦੱਸ ਰਿਹਾ ਸੀ। ਅੱਛਾ ਕੀ ਪਰਫਾਰਮੈਂਸ ਦਿੱਤੀ ਸੀ ਉੱਥੇ? ਇਹਨਾਂ ਦਾ ਬਿਜ਼ਨਸ ਚੱਲਦਾ ਕਬਾੜ ਦਾ। ਕਬਾੜ ਦਾ ਨਹੀਂ ਬਿਜ਼ਨਸ ਚੱਲਦਾ, ਕਬਾੜ ਪਿਆ ਸੀ ਉਹ ਦੇਣਾ ਆਪਾਂ। ਹਾਂ ਕਿੰਨੇ ਹੋ ਗਿਆ ਪ੍ਰੋਬਲਮ ਬਾਲ ਲੱਗ ਗਿਆ, ਇੱਕ ਬੱਚੇ ਦੇ ਖਾਣ ਪੀਣ ਨੂੰ ਨਹੀਂ ਬਣਾਇਆ। ਅੱਛਾ ਸਮਾਨ ਬਾਲਾ ਸੀਗਾ ਬਣਿਆ 100 ਰੁਪਿਆ। ਚਲੋ ਭਾਈ 100 ਹੀ ਖਾਣਾ ਠੀਕ ਹੈ ਬੱਚਿਓ? ਨਹੀਂ ਅਸੀਂ ਖਾਵਾਂਗੇ 100 ਰੁਪਿਆ। 100 ਨੂੰ ਤੁਸੀਂ 10 ਦੇ ਨਾਲ ਵੰਡ ਲੈਣਾ। ਥੈਂਕ ਯੂ ਵਾਸਤੇ ਬਣਿਆ 100 ਰੁਪਿਆ। ਥੈਂਕ ਯੂ ਉਹ 500 ਖਾਣਾ। ਐਪਣ ਪਹਿਲਾਂ ਖਾ ਦੇਣਾ 100 ਰੁਪਿਆ ਬਣਿਆ। ਹਾਂਜੀ ਆਪਾਂ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਆਪਣੇ ਗੈਸਟ ਨੂੰ ਲੈ ਕੇ ਪਹੁੰਚ ਗਏ ਹਾਂ ਮੌਲ ਦੇ ਵਿੱਚ, ਜਿਹੜਾ ਕਿ ਆਪਣੇ ਘਰ ਦੇ ਨਜ਼ਦੀਕ ਹੀ ਪੈਂਦਾ, ਤਾਂ ਕਰਕੇ ਜੋ ਵੀ ਗੈਸਟ ਆਉਂਦਾ ਆਪਣੇ ਘਰ ਉਹਨੂੰ ਕਹਿ ਦੇ ਜੇ ਘੁੰਮਣ ਜਾਣਾ ਚਲੋ ਆਪਾਂ ਮੌਲ ਲੈ ਜਾਂਦੇ ਹਾਂ, ਆਪਾਂ ਨੂੰ ਥੋੜ੍ਹਾ ਸੌਖਾ ਹੋ ਜਾਂਦਾ। ਅੱਜ ਵੀ ਆਪਾਂ ਆ ਗਏ ਮੌਲ ਦੇ ਅੰਦਰ। ਅੱਜ ਤਾਂ ਹਮੇਸ਼ਾ ਦੀ ਤਰ੍ਹਾਂ ਬਸ ਵੀ ਮੌਲ 'ਚ ਵੜਨ ਸਾਰ ਗੇਮਾਂ ਦੇ ਕੋਲ ਆ ਜਾਂਦਾ ਜੀ, ਗੇਮਿੰਗ ਜ਼ੋਨ 'ਚ ਬਸ ਗੇਮ ਖੇਡਣੀ ਹੁੰਦੀਆਂ ਨੇ। ਅਸੀਂ ਹਮੇਸ਼ਾ ਤਰ੍ਹਾਂ ਮੰਗਾਏ ਪੀਜ਼ੇ ਖਾਣ ਲਈ। ਹਾਂ ਇਸ ਵਾਰ ਲੈਪੀਨੋਜ਼ ਦੇ ਆ, ਇਹਨਾਂ ਨੇ ਮੰਗਾਇਆ ਕੀ ਆ? ਪੈਰੀ 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 ਫਰਾਈਜ਼, ਮਿਰਚਾਂ ਬਹੁਤ ਸੀ, ਨੂਰ ਦੇ ਨਾਲ ਹੀ ਮਖਾਇਆ ਮਸਾਂ। ਆਹ ਅਸੀਂ ਤਾਂ ਪੀਜ਼ੇ ਖਾਣ ਵਾਲੇ ਬੰਦੇ ਆ, ਬਸ ਇਕੱਲਾ ਪੀਜ਼ੇ ਹੀ ਖਾਂਦੇ ਹਾਂ। ਆਰਡਰ ਕਰਨ ਤਾਂ ਬਹੁਤ ਔਖਾ ਪੈਣਾ ਇਹਦੇ ਆ ਕੇ। ਅਜੇ ਫਿਰ ਕੀ ਹੈ ਗੇਮ ਕਿਹੜਾ? ਜਦ ਮੰਮੀ ਦੇ ਨਾਲ ਮੰਮੀ ਕੌਣ ਜਦ ਗਿਆ ਭਾਅ ਵਿੱਚ ਦੇ ਵਿਚਾਲੇ ਰੱਖ ਅੱਜ ਵੀਰ ਸਾਰੀਆਂ ਆਪਣੇ ਮੂਹਰੇ ਬੋਲਾਂ ਰੱਖ ਲੈਂਦਾ ਮੈਂ ਲੈ ਰਿਹਾ ਉਂਗਲ ਲਾਦੇ ਇਹਦੇ ਵਿੱਚ। ਕੀ ਕਰਨਾ ਜੀ ਦਵਿੰਦਰ ਇਹ ਹੈਪੀ ਬਿਨਾਂ ਡਿੱਗਣ ਤੋਂ
ਟਰੱਕ ਕੱਢੇ ਇੱਕ ਵਨ ਵਨ ਕਰਕੇ। ਹੁਣ ਮੇਰੀ ਵਾਰੀ ਕੱਢਦਾ ਮੈਂ ਵੀ ਇਹਨੂੰ ਅੱਗੇ ਪਿੱਛੇ ਕਰੀ ਦਾ ਪਤਾ ਅੱਗੇ ਪਿੱਛੇ ਪਲੇਅਰ ਨੂੰ ਗੋਲ ਹੋ ਗਿਆ ਕ੍ਰਿਕਟ ਖੇਡ ਰਹੀ ਆ ਪਰ ਖੇਡਦੀ ਕੁਰਸੀ ਤੇ ਬਹਿ ਕੇ ਨਵਾਂ ਸਟਾਈਲ ਖੇਡਣ ਦਾ ਇਹ ਤੇਰੀ ਮੇਰੇ ਮਾਰੀ ਸੀ ਆਹ ਦੇਖੋ ਕੰਮ ਇਹਦੇ ਫੀਲਡਰ ਦਿਖਾਉਣਾ ਤੁਹਾਨੂੰ ਅਵੇ ਆਵੇ ਬੋਲਰ ਅਜੇ ਵੀਰ ਸਿੰਘ ਅਤੇ ਬੈਟਸਮੈਨ ਹਰਪਿੰਦਰ ਕੌਰ ਕੈਚ ਕਰ ਰਹੇ ਕੈਚ ਕਰ ਰਿਹਾ ਹਰਪਿੰਦਰ ਆਊਟ ਹੋ ਗਈ ਆਊਟ ਹੋ ਗਈ ਆਊਟ ਹੋ ਗਈ ਹਰਪਿੰਦਰ ਇਹ ਆਊਟ ਹੋ ਗਏ ਕਿੰਨੇ ਸਕੋਰ ਹੋ ਗਏ ਤੇਰੇ ਸੈਂਚਰੀ ਹੋ ਜੀ ਚੌਂਕਾ ਰੋਕ ਲਿਆ ਜੀ ਵੀਰ ਇੱਕ ਵਾਰ ਫਿਰ ਚੌਂਕਾ ਰੋਕ ਲਿਆ ਜੀ ਵੀਰ ਨੇ ਹੁਣ ਕੀ ਹੋ ਰਿਹਾ ਹੁਣ ਪੇਂਟ ਕਰ ਰਿਹਾ ਘਰ ਆਪਾਂ ਘਰ ਪੇਂਟ ਹੋ ਰਿਹਾ ਵਾਓ ਇਹ ਬੱਚੇ ਨੇ ਲਖਤਰ ਲਿਖੀ ਤਰਾ ਮਾਰਿਆ ਇਹ ਉਹ ਕਰ ਰਹੇ ਪੇਂਟ ਨਹੀਂ ਮੈਂ ਕਿ ਕਿਤੇ ਤੁਸੀਂ ਸਾਰਾ ਪੇਂਟ ਕਰ ਰਹੇ ਸਾਰੇ ਕਰ ਦੇਣਾ ਅੱਜ ਸਾਰੇ ਕਰ ਦੇਣਾ ਅੱਜ ਕਿੰਨਾ ਟਾਈਮ ਲੱਗ ਜੂ ਸਾਰੇ ਤੇ ਬਸ ਅੱਜ ਸ਼ਾਮ ਤੱਕ ਕਰ ਦੇਣਾ ਹਾਂ ਜਿਹੜੇ ਹਿਸਾਬ ਨਾਲ ਕਰ ਰਹੇ ਮੈਂ ਤਲਾ ਦੀ 5-6 ਦਿਨ ਲੱਗ ਜਾਣੇ ਮੈਂ ਬਹੁਤ ਤੇਜ਼ ਕਰਨਾ ਪੀਂਦਾ ਵੀ ਪੈਸੇ ਨੀ ਦੇਣੇ ਅਸੀਂ ਜੇ ਸਹੀ ਨਾ ਰੰਗ ਨਿਕਲਿਆ ਵਿੱਚੋਂ ਵਾਈਟ ਲੱਗ ਰਿਹਾ ਏ ਸਾਨੂੰ ਨੀਚੇ ਤਾਂ ਉਹ ਆ ਸੁੱਕ ਕੇ ਸ਼ਾਇਦ ਠੀਕ ਹੋ ਜੂ ਹਨਾ ਥੋੜਾ ਥੋੜਾ ਵਾਈਟ ਜਿਹਾ ਦਿਖ ਰਿਹਾ ਹਾਂਜੀ ਪੇਂਟ ਦਾ ਕੰਮ ਸ਼ੁਰੂ ਹੋ ਗਿਆ ਜੇ ਕਿਸੇ ਨੇ ਪੇਂਟ ਕਰਵਾਉਣਾ ਹੋਵੇ ਸੰਪਰਕ ਕਰ ਸਕਦੇ ਆ ਨੰਬਰ ਤੁਹਾਨੂੰ ਸਕਰੀਨ ਦੇ ਨੀਚੇ ਦਿੱਤਾ ਜਾਏਗਾ ਇੱਥੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਪੇਂਟ ਕੀਤੇ ਜਾਂਦੇ ਆ ਗਲਤ ਪੇਂਟ ਕੀਤੇ ਜਾਂਦੇ ਆ ਯੈਲੋ ਦੇ ਉੱਤੇ ਵਾਈਟ ਪੇਂਟ ਕੀਤੇ ਜਾਂਦੇ ਆ ਜਿਹਨੇ ਵੀ ਆਪਦੇ ਪੇਂਟ ਖਰਾਬ ਕਰਵਾਉਣੇ ਹੋਣ ਤਾਂ ਨੀਚੇ ਦਿੱਤੇ ਸਕਰੀਨ ਦੇ ਨੰਬਰ ਤੇ ਸੰਪਰਕ ਕਰ ਸਕਦੇ ਆ ਚਲੀਏ ਫਿਰ ਲਓ ਵੀ ਹੁਣ ਅਸੀਂ ਹਰਪਿੰਦਰ ਨੂੰ ਚੜਾਉਣ ਚੱਲੇ ਬੱਸ ਤੇ ਅੱਡੇ ਤੇ ਚਲੀਏ ਚਲ ਉੱਠ ਖੜੀ ਹੋ ਕਿਹੜੀ ਬੱਸ ਤੇ ਚੜਨਾ ਨਹੀਂ ਤਾਂ ਸਰਕਾਰੀ ਦੇ ਢਾਹ ਦੇਣਾ ਆਧਾਰ ਕਾਰਡ ਵਾਲੀ ਤੇ ਠੀਕ ਆ ਹਾਂ ਲੇਟ ਹੋ ਜੂ ਫਿਰ ਤਾਂ ਏ ਸੀ ਵੇਟ ਕਰਦੀ ਕਰਦੀ ਆਧਾਰ ਕਾਰਡ ਵਾਲੀ ਚੜਾ ਦੇਣਾ ਚੰਗਾ ਨਾਲ ਪੈਸੇ ਵਜਾ ਦੇ ਚੱਲ ਚਲੀਏ ਸਿੱਖ ਜਾ ਦਾਦੀ ਆਪਦੀ ਤੋਂ ਸਿੱਖ ਜਾ ਦਾਦੀ ਤੋਂ ਦੇਖ ਲਾ ਜੇ ਕੋਈ ਬੈਗ ਆਖਣਾ ਵੀ ਬੈਗ ਦੇ ਦੇ ਭਾਈ ਗੁੱਡੀ ਮੈਂ ਫੜ ਲੈਣਾ ਤੇ ਖੜੀ ਆ ਤੈਨੂੰ ਸ਼ੀਟ ਨਹੀਂ ਮਿਲਦੀ ਹਾਂ ਕੱਲ ਪੱਲੇ ਬੰਨ ਲਾ ਠੀਕ ਆ ਬੈਗ ਨਾ ਫੜਾਈ ਕਿਸੇ ਨੂੰ ਚਲੀਏ ਫਿਰ ਆਪਾਂ ਲੇਟ ਹੋ ਜਾਣਾ ਬੱਸ ਤੋਂ ਚੱਲ ਅਜੇ ਵੀਰ ਚਲੀਏ ਅਜੇ ਵੀਰ ਨਾਲ ਜਾਣਾ ਤੂੰ ਅਜੇ ਵੀਰ ਚਲੋ ਚਲੀਏ ਚਲੋ 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 ਚੱਕੋ ਚਲੋ ਮਿਲ ਲਓ ਛੇਤੀ ਕਰੋ ਮਿਲੋ 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 ਅੱਛਾ ਚੱਲ ਦੀਦੀ ਨੂੰ ਛੋਟੀ ਦੀਦੀ ਨੂੰ ਮਿਲ ਇਹ ਨਾਲ ਜਾਣਾ ਨਾਲ ਜਾਣਾ
ਨਾਲ ਜਾਣਾ ਉਹਨੂੰ ਮਿਲਦੀ ਦੀ ਨਕਲੀ ਜੂੜੀ ਆ ਚਲੋ ਮਿਲੋ ਚਲੋ ਚਲੀਏ ਇਹ ਨਕਲੀ ਆ।